ਢੜੀਆਂ ਵਾਲੇ ਬਾਬੇ ਆ ਉਹਨਾਂ ਨੇ ਜਿਸ ਤਰ੍ਹਾਂ ਧਰਮ ਨੂੰ ਜਿਸ ਤਰ੍ਹਾਂ ਗੁਰੂ ਨੂੰ ਗਿਆਨ ਨੂੰ ਅਧਿਆਤਮ ਨੂੰ ਡਿਫਾਈਨ ਕੀਤਾ ਉਹ ਇੱਕ ਨਵੇਂ ਗਿਆਨ ਵਿਗਿਆਨ ਤੇ ਇੱਕ ਮਾਡਰਨ ਜਿਹੜੀ ਇਹ এডਿਕੇਸ਼ਨ ਚੱਲ ਰਹੀ ਆ ਉਹ ਸਹਾਰ ਤੇ ਡਿਫਾਈਨ ਕਰੀ ਜਾਂਦੇ ਆ ਪਰ ਇਹ ਗੱਲਾਂ ਜਿਹੜੀਆਂ ਇਹ ਰਮਜ਼ਾਂ ਜਿਹੜੀਆਂ ਇਹਨਾਂ ਨੂੰ ਸਮਝਣ ਵਾਸਤੇ ਮੈਨੂੰ ਐਂ ਲੱਗਦਾ ਵੀ ਉਹ ਵਾਕਈ ਕੋਈ ਬ੍ਰਹਮ ਗਿਆਨੀ ਹੀ ਵਿਆਖਿਆ ਕਰ ਸਕਦਾ ਸਾਡੇ ਕਿੱਥੇ ਵੱਸਦੀ ਗੱਲ ਆ ਸੋ ਉਹਨਾਂ ਨੂੰ ਮੈਂ ਇੱਕ ਵਾਰੀ ਇਹ ਵੀ ਗੱਲ ਕਹਿਣਾ ਵੀ ਬੜੇ ਸੰਗਤ ਦੇ ਮਨਾਂ 'ਚ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਉਦੋਂ ਉਦੋਂ ਦੁੱਖ ਹੁੰਦਾ ਪਰ ਕੋਈ ਕਹਿੰਦਾ ਨਹੀਂ ਤੇ ਮੈਂ ਆ ਕੇ ਇਹ ਗੱਲਾਂ ਛੇੜ ਲੀਆਂ ਇਸ ਲਈ ਮੈਨੂੰ ਬਹੁਤ ਬੰਦੇ ਇਹ ਵੀ ਕਹਿ ਰਹੇ ਆ ਵੀ ਬਾਈ ਐਨੇ ਫਰੰਟ ਇੱਕ ਵਾਰੀ ਖੋਲ ਤੇ ਯਾਰ ਬਾਈ ਜੀ ਜਦੋਂ ਸਿਧਾਂਤ ਤੇ ਗੱਲ ਆਊਗੀ ਉਦੋਂ ਚਾਹੇ 15 20 100 ਫਰੰਟ ਕਿਹੜਾ ਨਾ ਇਕੱਠੇ ਖੁੱਲ ਜਾਣ ਉਦੋਂ ਸਰਕਾਰ ਨਾਲ ਵੀ ਲੜਾਂਗੇ ਤੇ ਉਹਨਾਂ ਬੰਦਿਆਂ ਨਾਲ ਵੀ ਲੜਾਂਗੇ ਜਿਹੜੇ ਬੰਦੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ ਸੋ ਸਿਧਾਂਤਕ ਵੋਟਾਂ ਜਾਰੀ ਰਹੂਗੀ ਸਪਸ਼ਟ ਤੇ ਖੁੱਲੇ ਰੂਪ ਚ ਜਾਰੀ ਰਹੂਗੀ ਅਦਰ